गर्म होना ये पैर तस्वीरां डेरा बाबा नानक दे हरदुरवाल पिंड दियां हन जिथे कि पुलिस ते एक्साइज विभाग वालों की गई सांझी छापेमारी दौरान पुलिस ने 450 किलो देसी लान कच्ची शराब बरामद की है ते नाल ही चालू भट्ठियां ते देसी शराब बनाने वाले भांडे भी बरामद किए हैं। इस मौके आबकारी विभाग के अधिकारी विजय कुमार ने दसाया है कि बरामद की गई कच्ची लान नूं मौके ते ही नष्ट किया गया है। ਵਿਜੇ ਕੁਮਾਰ ਆਪਕਰੀ ਨਿਰੀਖਕ ਫਤਿਹਗੜ੍ਹ ਚੁਣੀ ਸਰਕਲ ਨੇ ਵੱਖ ਵੱਖ ਪਿੰਡਾਂ 'ਚ ਰੇਡ ਕੀਤਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਰੋਕਣ ਲਈ ਜੋ ਰੋਕਥਾਮ ਲਈ ਜੋ ਅਭਿਆਨ ਸ਼ੁਰੂ ਕੀਤਾ ਉਸ ਦੇ ਅੰਤਰਗਤ ਸਾਨੂੰ ਸ਼੍ਰੀ ਰਾਹੁਲ ਪਾੜੇ ਜੀ ਸਹਾਇਕ ਕਮਿਸ਼ਨਰ ਆਬਕਾਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਆਬਕਾਰੀ ਅਫਸਰ ਸ਼੍ਰੀ ਇੰਦਰਵੀਰ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਤਿਹਗੜ੍ਹ ਚੁਣੀਆਂ ਦੇ ਵੱਖ ਵੱਖ ਪਿੰਡ ਸਰਕਲ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਵਿੱਚ ਰੇਡ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਹੋਏ ਸੀਗੇ ਜੀ। ਪਿੰਡ ਹਰਦੋਵਾਲ, ਪਿੰਡ ਠੱਠੇ, ਪਿੰਡ ਪਾਲੋਵਾਲੀ ਆਦਿ ਪਿੰਡਾਂ 'ਤੇ ਰੇਡ ਕੀਤਾ ਗਿਆ। ਸਰ ਕੋਈ ਰਿਕਵਰੀ ਵੀ ਹੋਈ ਹੈ ਜੀ? ਹਾਂ, ਰੇਡ ਦੌਰਾਨ 450 ਦੇ ਕਰੀਬ ਕਿਲੋ ਦੇ ਲਈ ਕਰੀਬ ਲਾਨ ਬਰਾਮਦ ਹੋਈ ਹੈ ਅਤੇ 20 ਬੋਤਲਾਂ ਦੇਸੀ ਸ਼ਰਾਬ ਵੀ ਪਾਈਆਂ ਗਈਆਂ। ਉਹ ਬੰਦੇ ਲਈ ਅਰੈਸਟ ਪਾਈ ਗਈ ਜੀ? ਹਾਂ, 2 ਬੰਦੇ ਅਰੈਸਟ ਕੀਤੇ ਗਏ। ਉਹਨਾਂ ਦੀ FIR ਦਰਜ ਕੀਤੀ ਹੈ ਅਤੇ ਉਹਨਾਂ ਦੀ ਜਿਹੜੀ FIR ਦਾ ਅੱਗੇ ਜਿਹੜਾ ਪ੍ਰੋਸੈਸ ਚੱਲਦਾ ਪਿਆ ਜੀ ਥਾਣੇ ਅਤੇ ਡੇਰਾ ਬਾਬਾ ਨਾਨਕ ਵਿੱਚ। ब्यूरो रिपोर्ट, पंजाब टुडे।